ਟਰਾਲੀਆਂ ਜੀ ਤੇ ਨਾਲ ਦੋ ਟਰਾਲੀਆਂ ਪੱਠੇ ਨੇ ਭਰ ਲੀਆਂ ਤੇ ਆਹ ਨੌਜਵਾਨ ਇੱਧਰ ਰਾਸ਼ਨ ਇਕੱਠਾ ਕਰਨ ਲੱਗੇ ਵੇ ਨੇ ਪਿੰਡ ਛਾਪੇ ਕਿੰਨੀ ਓ ਹੈ ਮੇਰੇ ਨਗਰ ਵਾਸੀਆਂ ਨੂੰ ਬੇਨਤੀ ਆ ਕਿ ਤੁਹਾਨੂੰ ਪਤਾ ਹੀ ਆ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਹੜ੍ਹਾਂ ਦੇ ਇਲਾਕੇ ਦੇ ਵਿੱਚ ਆਪਾਂ ਰਾਸ਼ਨ ਲੈ ਕੇ ਜਾਣਾ ਗਾ ਆਟਾ ਖੰਡ ਚਾਹ ਪੱਤੀ ਤੇ ਪੱਠੇ ਵੀ ਲੈ ਕੇ ਜਾਣੇ ਨੇ ਜੋ ਆਪਣੀ ਸ਼ਰਧਾ ਗੀ ਪੈਸਿਆਂ ਦੇ ਰੂਪ 'ਚ ਆਪਾਂ ਉਹਨਾਂ ਦੀ ਮਦਦ ਕਰਨੀ ਆ ਆਪਣੀ ਟਰਾਲੀ ਗੇਟਾਂ ਮੂਹਰੇ ਪਹੁੰਚ ਚੁੱਕੀ ਆ ਜੋ ਕਿਸੇ ਮੇਰੇ ਵੀਰ ਭਰਾ ਨੇ ਤਿੰਨ ਫੁੱਲ ਪਾਉਣਾ ਹੋਵੇ ਥੋੜ੍ਹੇ ਤੋਂ ਥੋੜ੍ਹਾ ਬਹੁਤ ਤੋਂ ਬਹੁਤਾ ਤੁਸੀਂ ਪਾ ਸਕਦੇ ਹੋ ਆਟਾ ਖੰਡ ਚਾਹ ਪੱਤੀ ਜਾਂ ਪੈਸਿਆਂ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਉਹਨਾਂ ਦੀ ਖਾਤਰ ਆਪਾਂ ਪਿੰਡ 'ਚੋਂ ਰਾਸ਼ਨ ਇਕੱਠਾ ਕਰਦੇ ਹਾਂ ਆਟਾ ਖੰਡ ਚਾਹ ਪੱਤੀ ਜਾਂ ਹੋਰ ਮਾਇਆ ਦੇ ਰੂਪ ਦੇ ਵਿੱਚ ਆਪਾਂ ਥੋੜ੍ਹੇ ਤੋਂ ਥੋੜ੍ਹਾ ਬਹੁਤੇ ਤੋਂ ਬਹੁਤਾ ਯੋਗਦਾਨ ਪਾਈਏ ਤਾਂ ਕਿ ਉਹ ਹੜ੍ਹ ਵਾਲੇ ਇਲਾਕਿਆਂ ਦੀ ਕੋਈ ਲੋਕਾਂ ਦੀ ਮਦਦ ਹੋ ਸਕੇ ਅਤੇ ਆਪਣੇ ਟਰਾਲੀ ਗੇਟਾਂ ਮੂਹਰੇ ਪਹੁੰਚ ਚੁੱਕੀ ਹੈ ਜੀ।